ਇਹਦੀ ਫੋਟੋ ਲੱਗੀ ਹੈ, ਮਾਤਾ ਫਿਰ ਦੱਸ ਵੀ ਸਕਦੀ ਹੈ ਵੀ ਸਤਿਗੁਰੂ ਰਵਿਦਾਸ ਮਹਾਰਾਜ ਦੀ ਫੋਟੋ ਆ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਸਤਿਗੁਰੂ ਕਬੀਰ ਜੀ ਮਹਾਰਾਜ ਦੀ ਫੋਟੋ। ਹੁਣ ਜੇ ਘਰ ਦੇ ਵਿੱਚ ਫੋਟੋਆਂ ਫਿਲਮੀ ਐਕਟਰਾਂ ਦੀਆਂ ਲੱਗੀਆਂ ਹੋਈਆਂ, ਬੱਚਾ ਪੁੱਛੂਗਾ ਕੀ ਤੇ ਮਾਂ ਦੱਸੂਗੀ। ਜੇ ਫਿਲਮੀ ਐਕਟਰਾਂ ਦੀਆਂ ਫਿਲਮਾਂ ਲਾਈਆਂ ਹੋਈਆਂ, ਬੱਚਾ ਪੁੱਛੂਗਾ ਮਾਤਾ ਨੂੰ, ਮਾਤਾ ਕਿਹਦੀ ਫੋਟੋ ਫਿਰ ਕਿਹਦੀ ਦੱਸੂਗੀ, ਕਿਹਦੀ ਫੋਟੋ ਹੈ। ਔਰ ਗੁਰੂ ਪਿਆਰੀ ਸਾਹ ਸਾਹਿਬ ਜੀ, ਇੱਕ ਦਿਨ ਮੇਰੇ ਬੈਠਿਆ ਬਿਠਾਇਆ ਮਨ ਦੇ ਵਿੱਚ ਇੱਕ ਖਿਆਲ ਆਇਆ, ਘਰ ਦੇ ਵਿੱਚ ਫੋਟੋ ਲੱਗੀ ਉਹ ਸਤਿਗੁਰੂ ਰਵਿਦਾਸ ਮਹਾਰਾਜ। ਆਪਾਂ ਦੇਖਦੇ ਹਾਂ ਖੁੱਲੇ ਵਾਲ, ਲੰਬੀ ਦਾੜੀ, ਚੌਂਕੜੀ ਮਾਰ ਕੇ ਬੈਠੇ ਆ, ਉਹ ਸਰੂਪ ਲੱਗਾ ਘਰ ਦੇ ਵਿੱਚ। ਛੋਟਾ ਬੱਚਾ ਉਹਨੇ ਮਾਤਾ ਨੂੰ ਪੁੱਛਿਆ, ਮਾਤਾ ਜੀ ਆ ਜਿਹੜੇ ਖੁੱਲੇ ਖੁੱਲੇ ਲੰਬੇ ਲੰਬੇ ਵਾਲ, ਲੰਬੀ ਲੰਬੀ ਦਾੜੀ, ਅੱਖਾਂ ਬੰਦ ਕਰਕੇ ਬੈਠੇ ਆ, ਚੌਂਕੜੀ ਮਾਰ ਕੇ ਆਉਣੇ ਆਉਣੇ, ਕਿਹਨਾਂ ਦੀ ਫੋਟੋ ਹੈ? ਮਾਤਾ ਨੇ ਦੱਸਿਆ, ਪੁੱਤਰ 1433 ਕੋ ਮਾਘ ਸੁਦੀ 15 ਦੁਖੀਓ ਕੇ ਕਲਿਆਣ ਹਿਤ ਪ੍ਰਗਟੇ ਸਤਿਗੁਰੂ ਰਵਿਦਾਸ। ਪਿਤਾ ਸ੍ਰੀ ਸੰਤੋਖ ਦਾਸ ਜੀ, ਮਾਤਾ ਕਲਸਾ ਜੀ ਦੇ ਗ੍ਰਹਿ ਵਿਖੇ ਇਹਨਾਂ ਨੇ ਜਨਮ ਲਿਆ, ਸਾਡੇ ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਾਡੇ ਸਤਿਗੁਰ ਜੀ। ਔਰ ਨਾਲ ਹੀ ਫੋਟੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਲੱਗੀ ਹੈ। ਹੁਣ ਆਪਾਂ ਸਾਰੇ ਦੇਖਦੇ ਹਾਂ ਫੋਟੋ ਕਿੱਦਾਂ ਹੁੰਦਾ ਹੈ, ਬਾਬਾ ਸਾਹਿਬ ਫੋਟੋ ਦੇਖਦੇ ਨੇ ਕਿੱਦਾਂ ਦੀ ਫੋਟੋ ਹੁੰਦੀ ਹੈ, ਸੂਟ ਬੂਟ ਟਾਈ, ਉਹ ਨਾਲ ਫੋਟੋ ਲੱਗੀ ਹੋਈ। ਬੱਚੇ ਨੇ ਆਖਿਆ ਕਹਿੰਦੇ, ਅੱਛਾ ਮਾਤਾ ਜੀ ਇਹ ਸਾਡੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਹੈ? ਮਾਤਾ ਕਹਿੰਦੀ ਹਾਂ। ਕਹਿੰਦੇ ਫਿਰ ਜਿਹੜਾ ਸੂਟ ਬੂਟ ਟਾਈ ਵਾਲਾ ਹੈ, ਇਹ ਕਿਹੜਾ ਬਾਬਾ ਹੈ? ਇਹਨੇ ਤਾਂ ਭਗਵੇ ਕੱਪੜੇ ਪਾਏ ਹੋ, ਲੰਬੇ ਵਾਲ ਰੱਖੇ ਹੋ, ਆ ਸੂਟ ਬੂਟ ਟਾਈ ਐਨਕ ਲਾਈ ਹੋ, ਇਹ ਕਿਹੜੇ ਬਾਬੇ ਦੀ ਫੋਟੋ? ਗੁਰੂ ਪਿਆਰੀ ਸਾਹਿਬ ਸਾਹਿਬ ਜੀ, ਮਾਤਾ ਨੇ ਪੜ੍ਹਿਆ ਸੀ ਬਾਬਾ ਸਾਹਿਬ ਜੀ, ਬਾਬਾ ਸਾਹਿਬ ਜੀ ਦੇ ਜੀਵਨ ਨੂੰ ਪੜ੍ਹਿਆ। ਆਪਣੇ ਵਿੱਚੋਂ ਕਿੰਨੇ ਕੁ ਬਾਬਾ ਸਾਹਿਬ ਜੀ ਦੇ ਜੀਵਨ ਨੂੰ ਪੜ੍ਹਦੇ? ਹੱਥ ਖੜਾ ਕਰਿਓ ਕਰਿਓ। ਕਈਆਂ ਨੂੰ ਪਤਾ ਨੀ ਡਾਕਟਰ ਅੰਬੇਦਕਰ ਸਾਹਿਬ ਹੈ ਹੋਇਆ, ਕਈਆਂ ਨੂੰ ਪਤਾ ਹੀ ਹੁੰਦਾ। ਜਿੱਦਾਂ ਸੰਤ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਰਬੰਸ ਵਾਰਤਾ ਸੀ ਨਾ, ਇਹ ਤਾਂ ਬਾਬਾ ਸਾਹਿਬ ਜੀ ਨੇ ਵੀ ਸਰਬੰਸ ਵਾਰਤਾ ਸੀ ਤੁਹਾਡੇ ਘਰ, ਇੱਦਾਂ ਉਹਨਾਂ ਦੇ ਵੀ ਬੱਚੇ ਮਰੇ ਮਾਤਾ ਨੇ ਪੜ੍ਹਿਆ ਸੀ ਬਾਬਾ ਸਾਹਿਬ ਜੀ ਦੇ ਜੀਵਨ ਨੂੰ। ਗੁਰੂ ਪਿਆਰੀ ਸਾਹਿਬ ਸਾਹਿਬ ਜੀ, ਉਹ ਮਾਤਾ ਦੇ ਅੱਖਾਂ ਦੇ ਵਿੱਚੋਂ ਅੱਥਰੂ ਡਿੱਗਣ ਲੱਗ ਪਏ ਜਦੋਂ ਬੱਚੇ ਨੇ ਪੁੱਛਿਆ, ਮਾਤਾ ਜਿਹੜਾ ਸੂਟ ਟਾਈ ਵਾਲਾ ਬਾਬਾ ਆ, ਇਹ ਕਿਹੜਾ ਬਾਬਾ ਹੈ? ਮਾਤਾ ਦੇ ਫਿਰ ਦੇ ਵਿੱਚੋਂ ਇੱਕ ਬੱਚਾ ਨਿਕਲਿਆ, ਪੁੱਤ ਇਹ ਇਸ ਬਾਬੇ ਦੀ ਫੋਟੋ। ਉਸ ਸਤਿਗੁਰੂ ਰਵਿਦਾਸ ਦੇ ਡੁੱਬਦੇ ਬੇੜੇ ਤਾਰ ਗਿਆ, ਇਹ ਟਾਈ ਵਾਲਾ ਬਾਬਾ ਸਭ ਦੇ ਵਿਗੜੇ ਹੋਈ ਆਪਣੇ
ਬੱਚਿਆ ਬਹੁਤ ਹੀ ਤੰਗੀਆਂ ਸੀ ਹੋ ਸਾਡੀ ਖਾਤਰ ਆਪਣੀਆਂ ਖੁਸ਼ੀਆਂ ਇਹਨੇ ਸੂਣੀ ਉੱਤੇ ਟੰਗੀਆਂ ਸੀ ਆਪਣੀ ਕੌਮ ਨੇ ਮਾੜੀ ਉੱਤੇ ਇਹ ਕਰਕੇ ਪਰਿਵਾਰ ਜਦੋਂ ਬਾਬਾ ਸਾਹਿਬ ਜੀ ਸਾਡੇ ਹੱਥਾਂ ਲਈ ਜਾ ਰਹੇ ਸਨ ਤੇ ਕਹਿੰਦੇ ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਪਿੱਛੇ ਪਿੱਛੇ ਪੁੱਤਰ ਦੀ ਮੌਤ ਹੋ ਗਈ ਸੁਨੇਹਾ ਗਿਆ ਪਿਆਰੋਂ ਬਾਬਾ ਸਾਹਿਬ ਜੀ ਨੂੰ ਤੁਸੀਂ ਵਾਪਸ ਆ ਜਾਓ ਤੁਹਾਡੇ ਪੁੱਤਰ ਦੀ ਮੌਤ ਹੋ ਗਈ ਬਾਬਾ ਸਾਹਿਬ ਜੀ ਨੇ ਪਤਾ ਕੀ ਕਿਹਾ ਕਹਿੰਦੇ ਜੇ ਮੈਂ ਇਸ ਖੇਤਰ ਦੀ ਖਾਤਰ ਵਾਪਸ ਮੁੜਿਆ ਹੈ ਮੇਰੇ ਸਮਾਜ ਦੇ ਲੱਖਾਂ ਪੁੱਤਰਾਂ ਦੀ ਬਲੀ ਚੜ ਜਾਣਗੇ ਲੱਖਾਂ ਪੁੱਤਰ ਬਲੀ ਤੇ ਚੜ ਜਾਣਗੇ ਨੀਚ ਦੇ ਬਾਈ ਜਿਹੜਾ ਆਪਣੇ ਹੀ ਪਾੜ ਗਿਆ ਇਟਾਈ ਵਾਲਾ ਬਾਬਾ ਸਭ ਦੇ ਵਿਗੜੇ ਦੇ ਸੁਵਾਰ ਗਿਆ ਇਹ ਵਿਗੜੇ ਦੇ ਸੁਵਾਰ ਗਿਆ ਇਹ ਵਿਗੜੇ ਦੇ ਸੁਵਾਰ ਗਿਆ ਅਗਰ ਮੇਰੀ ਸਾਸ ਜਿਸ ਮਾਈ ਨੂੰ ਯਾਦ ਕਰਦੇ